ਤੇ ਮੁਸ਼ਕਲਾਂ ਤੇ ਮੁਸੀਬਤਾਂ ਦੂਰ ਕਰੇ, ਤੇ ਪਾਰ ਤੁਸਾਂ ਨੇ ਜਿਹੜੇ ਜ਼ਰੂਰੀ ਨਹੀਂ ਜਾ ਸਕਦੇ ਉਹ ਤੁਸਾਂ ਨੇ ਪਾਰ ਵੀ ਸਿਰੇ ਤੇ ਰੱਖੇ, ਤੇ ਫਿਰ ਤੁਸੀਂ ਆਖਿਓ ਇਸ ਨੀ ਬਾਰਗਾਹ ਵਿੱਚ ਨਾ ਵਿਜਿਆ ਕਰੋ। ਉਹ ਬੁੱਢੀ ਨੇ ਕਿਹਾ ਸੀ ਨਾ ਕਿ ਮੱਕੇ ਵਿੱਚ ਮੁਹੰਮਦ ਨਾਂ ਦਾ ਇੱਕ ਬੰਦਾ ਜਿਹੜੀ ਮਿਲਦੀ ਜਿਹੜਾ ਮਿਲਦਾ ਆ, ਇਸ ਕੋਲ ਨਾ ਜੁਲਿਓ, ਇਸ ਕੋਲ ਨਾ ਮਿਜਿਓ, ਇਹ ਗੱਲਾਂ ਕਰਕੇ ਤੇ ਬੰਦਿਆਂ ਕਾਬੂ ਕਰ ਕਰਨਾ, ਗੱਲਾਂ ਕਰਕੇ ਕਾਬੂ ਕਰ ਕਰਨਾ। ਤੇ ਬੰਦੇ ਫਿਰ ਸੁਣਨੇ ਹੈ ਨਾ ਕਿ ਜਿਹਨਾਂ ਮੁਹੰਮਦ ਨਾਲ ਪਤਾ ਹੀ ਨਹੀਂ ਹੈ, ਉਹ ਬੰਦੇ ਢੂੰਢਣੇ ਉਹ ਬੰਦਾ ਕਿਹੜਾ, ਉਹ ਬੰਦਾ ਕਿਹੜਾ ਜਿਹੜੀਆਂ ਗੱਲ ਕਰਨਾ ਤੇ ਆਪਣਾ ਭਲਾ ਕਰਨਾ। ਉਸਦੇ ਨਿਸ਼ਾਨ ਦਸਣੇ ਨਾਲ ਆਪ ਤੱਕ ਪਹੁੰਚ ਗਏ ਤੇ ਹਿਗ ਜਿਹੜੇ ਆਪ ਹੀ ਪਹੁੰਚ ਗਏ, ਆਈਆਂ ਗੱਠੜੀ ਚਵਾ ਕੇ ਤੇ ਉਸ ਇਹ ਗੱਲ ਕੀਤੀ ਕਿ ਮੁਹੰਮਦ ਨਾ ਮਿਲੀ ਤੇ ਮੁਹੰਮਦ ਹੀ ਗੱਡ ਪੈ ਚਵਾਣਾ। ਇਹ ਗੱਲ ਸੁਣਿਓ, ਮੁਹੰਮਦ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਗੱਡ ਚਵਾਈ ਮਾਈ ਆ, ਤੇ ਮਾਈ ਉਸਾਂ ਹੀ ਕੀ ਆਖਣੀ ਹੈ ਉਸੀ ਬੰਦੇ ਆ ਕਿ ਮੁਹੰਮਦ ਨਾ ਮਿਲੀ, ਉਹ ਤੋਂ ਤਾਂ ਫਸਾ ਕੇ ਸੀ ਗੱਲਾਂ ਵਿੱਚ। ਹੁਣ ਸੁਣਿਓ, ਇਹ ਮਾਈ ਕਾਫਰ ਆਈ, ਉਹ ਪਈ ਆਨੀ ਹੈ ਗੱਡ ਵੀ ਮੁਹੰਮਦ ਚਵਾਣਾ ਪਿਆ, ਪਾਰ ਹੈ ਨਾ ਪਾਰ ਮਾਈ ਨਹੀਂ ਜਾ ਸਕਣੀ, ਗੱਡ ਚਵਾਣੇ ਪਏ, ਆਪ ਗੱਡ ਪੇ ਚਵਾਣੇ ਤੇ ਆਪ ਹੀ ਮਨਾ ਕਰਨੀ ਉਸਾਂ ਨਾ ਮਿਲੀ। ਤੇ ਮੁਸ਼ਕਲਾਂ ਤੇ ਮੁਸੀਬਤਾਂ ਦੂਰ ਕਰੇ ਤੇ ਪਾਰ ਤੁਸਾਂ ਨੇ ਜਿਹੜੇ ਜ਼ਰੂਰੀ ਨਹੀਂ ਜਾ ਸਕਦੇ ਉਹ ਤੁਸਾਂ ਨੇ ਪਾਰ ਵੀ ਸਿਰੇ ਤੇ ਰੱਖੇ, ਤੇ ਫਿਰ ਤੁਸੀਂ ਆਖਿਓ ਇਸ ਨੀ ਬਾਰਗਾਹ ਵਿੱਚ ਨਾ ਵਿਜਿਆ ਕਰੋ। ਉਹਨਾਂ ਉਸ ਬੁੱਢੀ ਤੇ ਫਿਰ ਤੁਹਾਡੇ 'ਚ ਕੀ ਫਰਕ ਹੈ, ਮੇਰੀ ਗੱਲ ਸਮਝੀ ਨਹੀਂ? ਪਾਰ ਵੀ ਤੁਹਾਡੇ 'ਚ ਆਵੇ, ਮੁਸ਼ਕਲਾਂ ਵੀ ਦੂਰ ਕਰਾਵੇ ਮਾਲਕ ਕੋਲੋਂ, ਤੇ ਫਿਰ ਤੁਸੀਂ ਆਖੋ ਬਈ ਇਸ ਕੋਲੋਂ ਨਾ ਮਿਜਿਆ ਕਰੋ, ਅੱਲਾ ਕੋਲ ਸਿੱਧੇ ਮਿਜੋ। ਉਸ ਬੁੱਢੀ ਦੇ ਅਕੀਦੇ 'ਚ ਤੁਹਾਡੇ ਅਕੀਦੇ 'ਚ ਕੀ ਫਰਕ ਰਿਹਾ? ਫਿਰ ਇਸ ਵਾਸਤੇ ਵਿੰਜੋ ਕਿ ਉਸ ਬੇਨਿਸ਼ਾਨ ਦਾ ਨਿਸ਼ਾਨ ਦਿੱਤਾ ਹੈ, ਉਸ ਜ਼ਾਤ ਦੀ ਸਿਫਾਤ ਔਰ ਜ਼ਾਤ ਦੀ ਤਾਰੀਫ ਕੀਤੀ ਹੈ, ਦੱਸਿਆ ਕਿ ਤੁਹਾਡਾ ਔਰ ਮੇਰਾ ਮਾਲਕ ਕੌਣ ਹੈ। ਇਸ ਵਾਸਤੇ ਅੱਲਾ ਦਾ ਪਤਾ ਮੁਹੰਮਦ ਦੇ ਦਰਵਾਜ਼ੇ ਤੋਂ ਪਤਾ ਲੱਗਦਾ ਹੈ, ਔਰ ਕੋਈ ਦਰਵਾਜ਼ਾ ਨਹੀਂ ਅੱਲਾ ਤੋਂ ਬਾਅਦ।